ਨੂੰ ਬਣਾਇਆ ਸੀ ਬੰਧਕ ਸੋ ਇੰਸਪੈਕਟਰ ਨੂੰ ਛੁਡਵਾਉਣ ਆਈ ਸੀ ਪੁਲਿਸ ਜਿੱਥੇ ਕਿ ਬਹਿਸ ਦੌਰਾਨ ਆਪਸ ਦੇ ਵਿੱਚ ਪੁਲਿਸ ਕਰਮੀ ਅਤੇ ਕਿਸਾਨ ਭਿੜ ਗਏ ਸੋ ਬਠਿੰਡਾ ਦੇ ਰਾਇਕੇ ਕਲਾਂ ਦੇ ਵਿੱਚ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਕਿ ਕਿਸਾਨਾਂ ਅਤੇ ਪੁਲਿਸ ਦੇ ਵਿਚਾਲੇ ਝੜਪ ਹੋਈ ਹੈ ਬਠਿੰਡਾ ਦੇ ਰਾਇਕੇ ਕਲਾਂ ਦਾ ਇਹ ਮਾਮਲਾ ਪੁਲਿਸ ਦੀ ਗੱਡੀ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਦੱਸਦੀ ਕਿ ਪੁਲਿਸ ਮੁਲਾਜ਼ਮਾਂ ਨੂੰ ਬੰਧਕ ਬਣਾ ਲਿਆ ਸੀ ਉਸ ਤੋਂ ਬਾਅਦ ਪੁਲਿਸ ਉਹਨਾਂ ਨੂੰ ਛੁਡਵਾਉਣ ਆਈ ਤਾਂ ਉਸ ਤੋਂ ਬਾਅਦ ਕਿਸਾਨਾਂ ਅਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਜਿਹੜੀ ਕਿ ਇਹ ਝੜਪ ਹੋਈ ਹੈ ਕਈ ਕਿਸਾਨ ਅਤੇ ਪੁਲਿਸ ਕਰਮੀ ਜਿਹੜੇ ਕਿ ਜ਼ਖਮੀ ਵੀ ਹੋਏ ਨੇ ਸੋ ਕਿਸਾਨਾਂ ਦੇ ਵੱਲੋਂ ਝੜਪ ਦੌਰਾਨ ਪੁਲਿਸ ਮੁਲਾਜ਼ਮ ਤੇ ਕਿਸਾਨ ਜ਼ਖਮੀ ਹੋਏ ਨੇ ਇੰਸਪੈਕਟਰ ਨੂੰ ਛੁਡਵਾਉਣ ਆਈ ਸੀ ਪੁਲਿਸ ਜਿਸ ਤੋਂ ਬਾਅਦ ਬਹਿਸ ਹੋਈ ਬਹਿਸ ਤੋਂ ਬਾਅਦ ਆਪਸ ਦੇ ਵਿੱਚ ਭਿੜ ਗਏ ਪੁਲਿਸ ਕਰਮੀ ਅਤੇ ਕਿਸਾਨ ਸੋ ਕਿਸਾਨਾਂ ਨੇ ਪੁਲਿਸ ਦੀ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਾਇਆ ਦਾੜਾ ਮੰਡੀ ਰਾਇਕੇ ਕਲਾਂ ਵਿਖੇ ਕਿਸਾਨ ਯੂਨੀਅਨ ਨੇ ਧਰਨਾ ਲਾਇਆ ਹੋਇਆ ਸੀ ਅਤੇ ਉੱਥੇ ਫੂਡ ਇੰਸਪੈਕਟਰ ਅਤੇ ਨਾਇਬ ਤਹਿਸੀਲਦਾਰ ਨੂੰ ਬੰਦੀ ਬਣਾਇਆ ਹੋਇਆ ਸੀ ਉੱਥੇ ਜਾ ਕੇ ਜਦ ਗੱਲ ਕੀਤੀ ਤਾਂ ਉਹਨਾਂ ਨੇ ਗੱਲ ਮੰਨੀ ਨਹੀਂ ਅਤੇ ਸਾਡੇ 'ਤੇ ਹਮਲਾ ਕਰਤਾ ਕਿ ਆਹ ਦੇਖੋ ਗੱਡੀ ਦੇ ਵਿੱਚ ਵੀ ਪਹਾੜੀਆਂ ਨਾਲ ਸਾਰੀ ਗੱਡੀ ਭੰਨਤੀ ਮੇਰੇ ਹੱਥ 'ਤੇ ਸੱਟ ਵੱਜੀ ਇਹ ਵੀ ਉਹਨਾਂ ਨੇ ਗੰਡਾਸੀਆਂ ਅਤੇ ਪਹਾੜੀਆਂ ਸੀਗੀਆਂ ਮੋਢੇ 'ਤੇ ਹੋਰ ਇੱਟਾਂ ਨਾਲ ਪੂਰਾ ਹਮਲਾ ਕੀਤਾ ਉਹਨਾਂ ਮੇਰਾ ਨਾਂ ਜਗਸੀਰ ਝੁੰਬਾ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਕੱਲ੍ਹ ਨੂੰ ਸਾਡੀ ਜ਼ਿਲ੍ਹੇ ਦੀ ਮੀਟਿੰਗ ਸੀ ਅਤੇ ਅੱਜ ਅਸੀਂ ਮੰਡੀਆਂ ਦਾ ਰਿਪੋਰਟ ਲੈਣ ਆਏ ਸੀ ਕੱਲ੍ਹ ਨੂੰ ਰਿਪੋਰਟ ਦੇਣੀ ਸੀ ਕਿਹੜੀਆਂ ਕਿਹੜੀਆਂ ਮੰਡੀਆਂ ਨੇ ਦਿੱਕਤ ਆ ਕਾਲ ਚਰਾਣੀ 'ਚ 80 ਰੁਪਏ ਸੈਲਰ ਮਾਲਕ ਅਤੇ ਆੜਤ ਕੇ ਲਈ ਜਾਂਦੇ ਆ ਅਤੇ ਨਾਲ ਪਥਰਾਲੇ ਦੇ ਲਈ ਜਾਂਦੇ ਆ 55 ਰੁਪਏ ਅਤੇ 10 ਰੁਪਏ ਗੱਠੇ ਮਗਰ ਕੁਆਟਰ ਮਗਰ ਲੈਂਦੇ ਆ ਉਹ ਅਤੇ ਨਾਲ ਅਸੀਂ ਰੇਕੇ ਪਿੰਡ 'ਚ ਜਦੋਂ ਪਹੁੰਚੇ ਉੱਥੇ ਕਿਸਾਨ ਕਹਿੰਦੇ ਮਤਲਬ ਝੋਨਾ ਮੁਕਤਸਰ ਆਈ ਜਾਂਦਾ ਇੰਸਪੈਕਟਰ ਬੋਲ ਹੀ ਨਹੀਂ ਲਾਉਂਦਾ ਤਾਂ ਜਦੋਂ ਅਸੀਂ ਇੰਸਪੈਕਟਰ ਸਾਹਿਬ ਨਾਲ ਗੱਲ ਕੀਤੀ ਤਾਂ ਉੱਥੇ ਇੱਕ ਆੜਤੀਆ ਜਿਹੜਾ ਰਾਇਕਿਆਂ ਦਾ ਸੁਭਾਸ ਜੈਨ ਉਹਦਾ ਆਪਦਾ ਸੈਲਰ ਆ ਅਤੇ ਬਾਹਰੋਂ ਵੀ ਬਹੁਤ ਝੋਨਾ ਉਹਨੇ ਸਟਾਇਆ ਹੋਇਆ ਉਹ ਕਹਿੰਦਾ ਨਿੱਕਿਆ ਕਿਸਾਨ ਆ ਤੋਂ ਕਾਰਡ ਵੀ ਮੰਗਦਾ ਅਤੇ ਜਿਹੜਾ ਝੋਨਾ ਆਪ ਛੱਡ ਕੇ ਵੇ ਸੈਲਰ 'ਚ ਅਤੇ ਸਾਡੇ ਆਗੂ ਜਿਹੜੇ ਜਥੇਬੰਦੀ ਦੇ ਅਤੇ ਨਾਲ ਹੋਰ ਪਿੰਡ ਵਾਲੇ ਵੀਰ ਉਹ ਕਹਿੰਦੇ ਅਸੀਂ ਕਿਉਂ ਛੱਡ ਕੇ ਆਈਏ ਜਦੋਂ ਸਾਰਾ ਖਰਚਾ ਦੇਣਾ ਤਾਂ ਅਸੀਂ ਇੰਸਪੈਕਟਰ ਨਾਲ ਗੱਲ ਕੀਤੀ ਇੰਸਪੈਕਟਰ ਉੱਥੇ ਬੈਠਾ ਸੀਗਾ ਅਤੇ ਜਦੋਂ ਉਹਨੂੰ ਕੋਈ ਜਵਾਬ ਨਹੀਂ ਆਇਆ ਸਵਾਲ ਨਹੀਂ ਆਇਆ ਸੀ ਵੀ ਮੁਕਤਸਰ ਇਹਨੂੰ ਮਹੀਨਾ ਮਹੀਨਾ ਹੋ ਗਿਆ 25-25 ਦਿਨ ਬੈਠਾ ਨੂੰ ਕਿਸਾਨਾਂ ਨੂੰ ਤਾਂ ਇਹਨਾਂ ਦੀ ਬੋਲੀ ਇਹਦਾ ਸਾਨੂੰ ਸੁਭਾਅ ਜਹਿਣ ਬਣ ਨਹੀਂ ਦਿੰਦਾ ਤਾਂ ਜਿਹੜਾ ਉਸ ਬੋਲੀ ਲਾਈ ਸੀ ਗੱਟੇ ਭਰੇ ਸੀ ਅਤੇ ਗੱਟੇ ਵੀ ਉਹ ਸੁਭਾਅ ਜਹਿਣ ਚੱਕ ਕੇ ਲੈ ਗਿਆ ਅਸੀਂ ਜਦੋਂ ਆਖਿਆ ਤੁਹਾਡੀ ਫਿਰ ਜ਼ਿੰਮੇਵਾਰੀ ਕਾਹਦੀ ਆ ਸਾਡਾ ਕਿਸਾਨ ਦਾ ਦਾਣਾ ਚੱਕ ਕੇ ਵਿਖਾ ਦੇ ਕੋਈ ਬਿਨਾਂ ਜਾਇਜ਼ ਤੋਂ ਤੁਸੀਂ ਸਰਕਾਰੀ ਮੁਲਾਜ਼ਮ ਆ ਤੁਹਾਡਾ ਜੇ ਸੁਭਾਅ ਜਹਿਣ ਚੱਕ ਕੇ ਲੈ ਗਿਆ ਗੱਟੇ ਫਿਰ ਜ਼ਿੰਮੇਵਾਰੀ ਕੀ ਆ ਅਸੀਂ ਉਹਦਾ ਘੇਰਾ ਘਰਾਈ ਕੀਤਾ ਪ੍ਰਸ਼ਾਸਨ ਆ ਗਿਆ ਪ੍ਰਸ਼ਾਸਨ ਤੋਂ ਬਾਅਦ SDM ਤਹਿਸੀਲਦਾਰ ਆ ਗਏ ਤਹਿਸੀਲਦਾਰ ਨੂੰ ਅਸੀਂ ਬਹਾਲਿਆ ਉੱਥੇ ਬਹਾਉਣ ਤੋਂ ਬਾਅਦ ਤਹਿਸੀਲਦਾਰ ਸਾਹਿਬ ਨੇ ਪਹਿਲਾਂ ਕਰ ਲਿਆ ਅਸੀਂ ਰੋਟੀ ਖਾਈ ਜਾਂਦੇ ਬੈਠੇ 7 ਮਈ 5 ਬੱਸਾਂ ਆਈਆਂ ਆਉਣ ਸਾਰ ਪਿਛਾਂ ਕੋਈ ਗੱਲਬਾਤ ਨਹੀਂ ਕੀਤੀ ਅਤੇ ਆਉਣ ਸਾਰ ਸਾਡੇ ਪਸ਼ੂਆਂ ਵਾਂਗੂ ਲਾਠੀ ਚਾਰਜ ਕਿਸਾਨਾਂ 'ਤੇ 7 ਮਈ 'ਤੇ ਕਰਤਾ ਆਹ ਰਾਇਕੇ ਪਿੰਡ ਦਾ ਕਿਸਾਨ ਆ ਇੱਥੇ ਉਹਦੇ ਡਾਂਗ ਮਾਰੀ ਆ ਆਹ ਸੋਜ ਆ ਖੂਨ ਨਿਕਲੀ ਆ ਸਿਰ 'ਚ ਮਾਰੀਆਂ ਆਹ ਵੀਰ ਦੇ ਆ ਆਹ ਪਾਟਾਂ ਦੇ ਵਿਖਾ ਵੀਰ ਆਹ ਬਾਹਾਂ ਤੇ ਆ ਆਹ ਵੇਖ ਆਹ ਬਾਹਾਂ ਤੇ ਆ ਨਿਸ਼ਾਨ ਆਹ ਮਾਰੀਆਂ ਡੇਗ ਲਿਆ ਜਿਵੇਂ ਪਸ਼ੂਆਂ ਨੂੰ ਕੁੱਟਦੇ ਹੁੰਦੇ ਆ ਆਹ ਸਿਰ 'ਚ DSP ਆ ਆਹ ਨਿਕਿਆ ਵੇਖ ਲਓ ਭਰਾਵੋ ਹਾਲ ਕਿਸਾਨ ਦਾ ਆਹ ਡਾਂਗਾ ਮਾਰੀਆਂ ਸਿਰ 'ਚ ਆਹ ਮੱਥਿਆਂ ਤੇ ਮਾਰੀਆਂ ਨੱਕਾਂ ਤੇ ਮਾਰੀਆਂ ਆਹ ਸਿਰ 'ਚ ਮਾਰੀ ਆ ਤਾਂ ਕਰਕੇ ਇਹ ਪੁਲਿਸ ਦਾ ਜ਼ਬਰ ਆ ਤੇ ਭਗਵੰਤ ਮਾਨ ਦੀ ਸਰਕਾਰ ਨਿੱਕੀਆ ਜ਼ਬਰ ਤੇ ਆਈ ਹੋਈ ਆ ਜਿਹੜਾ ਕਹਿੰਦਾ ਬਠਿੰਡਾ DC ਕਿਸਾਨਾਂ ਨੂੰ ਤਾਂ ਕੋਈ ਸਮੱਸਿਆ ਹੀ ਨਹੀਂ ਤੇ ਜੇ ਸਮੱਸਿਆ ਨਹੀਂ ਤਾਂ ਕਿਸਾਨਾਂ ਨੂੰ ਲਾਠੀ ਚਾਰਜ ਪਸ਼ੂਆਂ ਕੁੱਟਿਆ ਤਾਂ ਕਰਕੇ ਅਸੀਂ ਨਿੱਕਿਆ ਸੂਬੇ ਦੇ ਧਿਆਨ 'ਚ ਲਿਆ ਤਾਂ
ਕੱਲ ਨੂੰ ਪ੍ਰਸ਼ਾਸਨ ਕੰਨ ਤੇ ਲਿਖਿਆ ਪੜ ਲਏ ਕੋਈ ਆਪਦਾ ਅਸੀਂ ਐਕਸ਼ਨ ਕਰਾ ਗਏ। ਤਾਂ ਕਰਕੇ ਜਿਹੜਾ ਕਿਸਾਨ ਨਾਲ ਨੂੰ ਸ਼ਾਂਤਮਈ ਬੈਠਾ ਨੂੰ ਲਾਠੀ ਚਾਰਜ ਕੀਤਾ, ਪਸ਼ੂ ਵਾਂਗ ਬਹੁਤ ਕਿਸਾਨਾਂ ਤੇ ਸਿਰ 'ਚ ਡਾਂਗਾ ਗੁੱਜਣਾ ਸੱਟਾ। ਤਾਂ ਕਰਕੇ ਆਹ ਮੁੰਡੇ ਨੂੰ ਤਾਂ ਅਸੀਂ ਹਸਪਤਾਲ ਦਾਖਲ ਕਰਾਉਣੇ ਆ, ਇਹਦੇ ਜ਼ਿਆਦਾ ਸੱਟਾ ਮਾਰ ਗਾ। ਇਹਨਾਂ ਤਾਂ ਪਸ਼ੂ ਵਾਂਗ ਤਿੰਨ ਚਾਰ ਜਣੇ ਪੁਲਿਸ ਵਾਲੇ ਨੇ ਕੁੱਟਿਆ, ਸਾਡੇ ਮੋਬਾਈਲ ਖੋਕੇ ਲੈ ਗਏ, ਮੋਬਾਈਲ ਭੰਨਤੇ, ਮੈਕ ਵੀ ਲੈ ਗਏ, ਮੈਕ ਵੀ ਤਾਰਾ ਪੜਤਗਾ, ਮੈਕ ਲੈ ਗਏ ਮੇਰੀ ਝੰਡੀ ਹੋਈ। ਤਾਂ ਕਰਕੇ ਇਹ ਮੰਗ ਕਰਦੇ ਆ ਜਿਹੜੀ ਭਗਵੰਤ ਮਾਨ ਦੀ ਸੱਥਾਂ ਚੱਲਿਆ ਕਰੂਗੀ, ਆਹ ਭਰਾਵੋ ਰੇਕੇ ਪਿੰਡ ਜਿਹੜਾ ਜ਼ਬਰ ਕੀਤਾ ਇਹ ਨਿੰਦਣਯੋਗ।